ਪਹਿਲਾਂ ਤੇ ਸਾਰੇ ਹੀ ਕਪੂਰਥਲਾ ਵਾਸੀਆਂ ਨੂੰ ਸਾਰੇ ਮੀਡੀਆ ਦੇ ਜਿੰਨੇ ਵੀ ਵੀਰ ਆਏ ਆ ਗਿਆ ਸਾਰੇ ਪਾਰਟੀ ਦੇ ਵਰਕਰ ਸਾਰਿਆਂ ਨੂੰ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਸਰਦਾਰ ਭਗਤ ਸਿੰਘ ਦੀ ਸੋਚ ਦੇ ਉੱਪਰ ਪਹਿਰਾ ਦਿੰਦੇ ਹੋਏ ਮੈਂ ਆਪਣੀ ਜ਼ਿੰਦਗੀ ਨੂੰ ਉਸੇ ਤਰੀਕੇ ਨਾਲ ਚਲਾ ਰਿਹਾ ਔਰ ਮੈਂ ਉਮੀਦ ਕਰਾਂਗਾ ਕਿ ਜਿੰਨੇ ਆਪਣੇ ਸ਼ਹਿਰ ਨਿਵਾਸੀ ਆ ਜਾਂ ਦੇਸ਼ ਨਿਵਾਸੀ ਆ ਪ੍ਰਦੇਸ਼ ਨਿਵਾਸੀ ਹੈਗੇ ਆ ਉਹ ਵੀ ਆਪਾਂ ਸਰਦਾਰ ਭਗਤ ਸਿੰਘ ਜੀ ਦੀ ਸੋਚ 'ਤੇ ਪਹਿਰਾ ਦੇਈਏ। ਸਰਦਾਰ ਭਗਤ ਸਿੰਘ ਜਦੋਂ ਲੜਦੇ ਸੀਗੇ ਲੜਦੇ ਆਏ ਆ ਸਮਾਜਿਕ ਬੁਰਾਈਆਂ ਦੇ ਕੁਰੀਤੀਆਂ ਦੇ ਅੰਗਰੇਜ਼ ਸਰਕਾਰਾਂ ਦੇ ਖਿਲਾਫ ਲੜਦੇ ਆਏ ਆ ਔਰ ਆਪਣੇ ਹੱਕਾਂ ਵਾਸਤੇ ਉਹਨਾਂ ਦੇ ਜੀਂਦੇ ਜੀ ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਉਸ ਤੋਂ ਬਾਅਦ ਦੇਸ਼ ਆਜ਼ਾਦ ਹੋਇਆ। ਪਰ ਮੇਰਾ ਮੰਨਣਾ ਇਹ ਹੈ ਕਿ ਹੁਣ ਉਹ ਜ਼ਮਾਨਾ ਨਹੀਂ ਰਹਿ ਗਿਆ ਉਹ ਸਮਾਂ ਨਹੀਂ ਰਹਿ ਗਿਆ। 100 ਸਾਲ ਆਪਾਂ ਅੱਗੇ ਆ ਚੁੱਕੇ ਹੈਗੇ ਹਾਂ ਅੱਜ ਜਿਹੜੇ ਆਪਾਂ ਹੱਕ ਲੈਣੇ ਹੈਗੇ ਆ ਉਹ ਜੀਂਦੇ ਜੀ ਆਪਣੀਆਂ ਅੱਖਾਂ ਦੇ ਸਾਹਮਣੇ ਆਪਾਂ ਆਪਣੇ ਹੱਕ ਮੰਗਦੇ ਹਾਂ ਅਤੇ ਆਪਣੇ ਹੱਕ ਆਪਣੀਆਂ ਅੱਖਾਂ ਦੇ ਸਾਹਮਣੇ ਜੀਂਦੇ ਜੀ ਹੀ ਆਪਾਂ ਹੱਕ ਲੈਣੇ ਹਾਂ। ਕਰਪਸ਼ਨ ਰਿਸ਼ਵਤਖੋਰੀ ਧੱਕਾਸ਼ਾਹੀ ਨਜਾਇਜ਼ ਕਬਜ਼ੇ ਇਹ ਬਹੁਤ ਸਾਰੀਆਂ ਕ੍ਰਿਤੀਆਂ ਜਿਹੜੀਆਂ ਸਮਾਜ ਦੇ ਵਿੱਚ ਹੈਗੀਆਂ ਸਮਾਜਿਕ ਕ੍ਰਿਤੀਆਂ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਵਾ ਅੱਜ ਦੀ ਡੇਟ ਦੇ ਵਿੱਚ ਜਿਉਂ ਜਿਉਂ ਆਪਾਂ ਫਾਰਵਰਡ ਹੁੰਦੇ ਜਾ ਰਹੇ ਹਾਂ ਆਮ ਘਰਾਂ ਦੇ ਵਿੱਚ ਪਰੇਸ਼ਾਨੀਆਂ ਮੈਰਿਜ ਦੇ ਲੋਕਾਂ ਦੇ ਵਿੱਚ ਬੱਚਿਆਂ ਦੀ ਮੈਰਿਜ ਦੀਆਂ ਪਰੇਸ਼ਾਨੀਆਂ ਤਲਾਕ ਬਹੁਤ ਹੋ ਰਿਹਾ ਗਿਆ ਇਹ ਵੀ ਸਮਾਜਿਕ ਕ੍ਰਿਤੀਆਂ ਹੈਗੀਆਂ ਵਾ ਇਹਨਾਂ 'ਤੇ ਵੀ ਆਪਾਂ ਬਹੁਤ ਪਹਿਰਾ ਦੇਣਾ ਹੈਗਾ। ਤੋ ਅੰਤ ਵਿੱਚ ਮੈਂ ਫਿਰ ਦੁਬਾਰਾ ਤੋਂ ਚੇਅਰਮੈਨ ਸਰਦਾਰ ਜਿੱਦਾਂ ਤੁਹਾਡੇ ਇੰਪਰੂਵਮੈਂਟ ਵਾਸਤੇ ਚੇਅਰਮੈਨ ਨੇ ਕਿਹਾ ਉਦੋਂ ਤਾਂ ਉਹਨਾਂ ਨੇ ਨਾਂ ਲਏ ਤੇ ਅਸੀਂ ਰੇੜੀਆਂ ਰੂੜੇ ਜੋ ਕੁਛ ਹਟਾਵਾਂਗੇ ਪਰ ਜਦੋਂ ਉਹਨਾਂ ਨੇ ਗੱਲ ਹੁੰਦੀ ਉਹਨਾਂ ਦੀ ਸਾਂਝੀ ਆ ਕਿ ਦਿੱਕਤ ਫਿਰ ਉਹੀ ਮੰਡੀ ਦੇ ਵਿੱਚ ਆ ਰਹੀ ਹੈ ਕਾਰਨ ਕਿ ਦੁਕਾਨਾਂ ਵਾਲੇ ਪੈਸੇ ਲੈ ਰਹੇ ਹੋ ਕਿਤੇ ਫਿਰ ਦੇਖੋ ਜਾ ਕੇ ਕੀ ਦਿੱਕਤ ਆ ਰਹੀ ਇਹ ਮਸਲਾ ਕੋਈ ਹੱਲ ਨਹੀਂ ਹੁੰਦਾ ਜਿੱਦਾਂ ਕਹਿੰਦੇ ਅਸੀਂ ਜਗ੍ਹਾ ਦੇ ਦਿੱਤੀ ਆ ਮਸਲਾ ਤਾਂ ਫਿਰ ਉੱਥੇ ਦੇ ਉੱਤੇ ਪਿਛਕੜਾ ਅੜਿਆ ਨਾ ਤਾਂ ਹਾਲੇ ਪਈ ਨਹੀਂ। ਮੇਰੀ ਅੱਜ ਸਵੇਰੇ 10 ਕੁ ਵਜੇ ਨਾਲ ਕਾਰਪੋਰੇਸ਼ਨ ਦੇ ਕਰਮਚਾਰੀਆਂ ਨਾਲ ਫਿਰ ਗੱਲ ਹੋਈ ਆ ਉਹਨਾਂ ਨੇ ਮੇਰੇ ਨਾਲ ਇਹ ਪੁੱਛਿਆ ਕਿ ਮੈਨੂੰ ਵੀ ਆਪਾਂ ਇਹਨਾਂ ਰੇੜੀਆਂ ਦਾ ਕੀ ਕਰਦੇ ਪਏ ਹਾਂ ਕਿ ਮੈਂ ਉਹਨਾਂ ਨੂੰ ਕਿਹਾ ਵੀ 11:30-11:12 ਵਜੇ ਤੋਂ ਬਾਅਦ ਫ੍ਰੀ ਹੋ ਕੇ ਆਪਾਂ ਦਫ਼ਤਰ ਬੈਠ ਕੇ ਇਹਨਾਂ ਦੀ ਗੱਲਬਾਤ ਕਰਦੇ ਹਾਂ ਔਰ ਜਿੱਥੇ ਜਿੱਥੇ ਵੀ ਨਜਾਇਜ਼ ਹੈਗੀਆਂ ਇਹਦੀ ਐਕਸਰਸਾਈਜ਼ ਜਿਹੜੀ ਹੈਗੀ ਆ ਹਰ ਵੀਕਲੀ ਦੀ ਵੀਕਲੀ ਚੱਲੂਗੀ ਇਹ ਐਕਸਰਸਾਈਜ਼ ਰੁਕਣ ਵਾਲੀ ਨਹੀਂ ਹੈਗੀ ਜੀ। ਸਾਡੀ ਮੈਂ ਇਸ ਚੀਜ਼ ਨੂੰ ਨਹੀਂ ਬੰਦਾ ਮੈਂ ਬੱਲੇ ਬੱਲੇ ਦੇ ਵਿੱਚ ਆਉਣ ਵਾਲਾ ਨਹੀਂ ਹੈਗਾ ਨਾ ਮੈਨੂੰ ਇੱਦਾਂ ਦੀ ਲੋੜ ਹੈਗੀ ਆ ਆਪਾਂ ਕੰਮ ਕਰਨਾ ਜੇ ਸਾਡਾ ਕੰਮ ਬੋਲੂਗਾ ਤਾਂ ਲੋਕਾਂ ਨੂੰ ਪਤਾ ਲੱਗ ਜਾਣਾ ਹੈਗਾ ਅਖਬਾਰਾਂ ਦੇ ਥਰੂ ਤੁਹਾਡੇ ਥਰੂ ਆਪਣਾ ਕੰਮ ਪਤਾ ਲੱਗ ਜਾਣਾ ਵਾ ਰੇੜੀਆਂ ਫੜੀਆਂ ਵਾਲੇ ਦੀ ਹਾਂ ਠੀਕ ਆ ਮਜਬੂਰੀਆਂ ਹੈਗੀਆਂ ਵਾ ਬਹੁਤ ਸਾਰੀਆਂ ਮਜਬੂਰੀਆਂ ਹੈਗੀਆਂ ਵਾ ਰੇੜੀ ਫੜੀ ਸ਼ਹਿਰ ਦੇ ਵਿੱਚ ਹੈਗੀ ਨਹੀਂ ਹੱਦ ਤੋਂ ਜ਼ਿਆਦਾ ਹੈਗੀ ਆ ਜਗ੍ਹਾ ਇਹਨਾਂ ਦੇ ਕੋਲ ਹੈ ਨਹੀਂ। ਪਿਛਲੇ ਦਿਨ ਹੀ ਚੇਅਰਮੈਨ ਸਾਹਿਬ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਾਹਿਬ ਨੇ ਗੱਲ ਕਹੀ ਸੀ ਕਿ ਮੈਂ ਇਹਨਾਂ ਦੀਆਂ ਰੇੜੀਆਂ ਕਿਤੇ ਐਡਜਸਟ ਕਰਵਾਉਂਗਾ ਅਸੀਂ ਕਹਿੰਦੇ ਹਾਂ ਪਹਿਲਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਥੇ ਆਪਣੀ ਮੰਡੀ ਲੱਗਣੀ ਸ਼ੁਰੂ ਹੋਈ ਸੀ ਇੰਪਰੂਵਮੈਂਟ ਟਰੱਸਟ ਦਾ ਜਿਹੜਾ ਏਰੀਆ ਸੀਗਾ ਉਸ ਏਰੀਏ ਦੇ ਵਿੱਚ ਸੀਗੀ ਉਸ ਤੋਂ ਪਹਿਲਾਂ ਜਿਹੜੀ ਆਪਣੇ ਜਿੱਥੇ ਰਾਮਲੀਲਾ ਲੱਗਦੀ ਹੈ ਦੁਸਹਿਰਾ ਗਰਾਊਂਡ ਮਸੀਹ ਚੌਂਕ ਦੇ ਵਿੱਚ ਉੱਥੇ ਵੀ ਕਿਸੇ ਟਾਈਮ ਦੇ ਉੱਤੇ ਰੇੜੀਆਂ ਸਬਜ਼ੀ ਦੀਆਂ ਰੇੜੀਆਂ ਇਹ ਲੱਗਦੀਆਂ ਸੀ ਉੱਥੇ ਆਪਣੀ ਸਬਜ਼ੀ ਮੰਡੀ ਵੀ ਲੱਗਦੀ ਸੀਗੀ ਕਿਸਾਨ ਮੇਲੇ ਵੀ ਲੱਗਦੇ ਸੀਗੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕੁਛ ਜਿਹੜੇ ਲੋਕ ਹੈਗੇ ਆ ਰੇੜੀਆਂ ਵਾਲੇ ਤੁਸੀਂ ਉਹਨਾਂ ਨੂੰ ਉੱਧਰ ਐਡਜਸਟ ਕਰੋ ਬਾਕੀ ਮੇਰੇ ਕੋਲ ਮੰਡੀ ਦੇ ਵਿੱਚ ਜਿੰਨੇ ਬੰਦੇ ਆਉਣਗੇ ਅਸੀਂ ਉਹਨਾਂ ਨੂੰ ਮੰਡੀ ਦੇ ਵਿੱਚ ਲਗਵਾਵਾਂਗੇ ਔਰ ਇਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਬਿਠਾਵਾਂਗੇ ਵਗੈਰਾ ਰਜਿਸਟਰ ਵਗੈਰਾ ਕਰਕੇ ਇਹਨਾਂ ਨੂੰ।